आहा उही पुआ जिहड़ी पहले दिन कनेडा तो आई सी, सानू लाड़ प्यार करते हुए थकदी नहीं सी। असी अपनी भैन तेरे नाल ब्याह के तोरी सी, तैनू पता होना चाहिए वह कित्थे आ। कहने हुंदे ना वी झूठ दे पैर नहीं हुंदे, देखी चल इन्हां ने हुणे फड़े रियाणा। दरवाजा ला दे, हुण जान नहीं देने। कैमरा तो नहीं लग्या। ਹੋਰ ਆਪਾਂ ਗੱਲਾਂ ਕਰਦੇ ਰਹੀਏ, ਸਾਰੀਆਂ ਗੱਲਾਂ ਹੀ ਰਿਕਾਰਡ ਹੋ ਜਾਣ। ਉਹ ਨਹੀਂ ਮੰਮੀ, ਇਹ ਭਲਾ ਐਂ ਕਿਉਂ ਕਰਨਗੇ? ਲੌਬੀ 'ਚ ਕੈਮਰਾ ਲਾ ਕੇ ਭਲਾ ਦੱਸੋ ਕੀ ਕਰਨਾ ਇਹਨਾਂ ਨੇ? ਜਦੋਂ ਮਾੜਾ ਟਾਈਮ ਹੋਵੇ ਨਾ ਉਦੋਂ ਪਤਾ ਨਹੀਂ ਲੱਗਦਾ ਕੀ ਹੋਣਾ ਆ। ਆਪਾਂ ਨੂੰ ਪਤਾ ਸੀ ਜਦੋਂ ਇੱਥੇ ਆਵਾਂਗੇ ਇੰਨੀ ਕੁੱਤੇ ਖਾਣੀ ਕਰਨਗੇ ਆਪਣੀ। ਚਲੋ ਤੁਸੀਂ ਟੈਨਸ਼ਨ ਨਾ ਲਓ ਮੰਮੀ, ਹੋਰ ਟੈਨਸ਼ਨ ਲੈ ਕੇ ਹੋਰ ਸਿਹਤ ਖਰਾਬ ਕਰ ਲਓ। ਜੇ ਦੁਬਾਰਾ ਸਿਹਤ ਖਰਾਬ ਹੋ ਗਈ ਮੇਰੇ ਤੋਂ ਇਕੱਲੇ ਤੋਂ ਤੁਹਾਨੂੰ ਸਾਂਭਿਆ ਵੀ ਨਹੀਂ ਜਾਣਾ। ਤੁਸੀਂ ਦੇਖਿਆ ਉੱਥੇ ਮੈਂ ਹੀ ਸਾਂਭਿਆ ਤੁਹਾਨੂੰ ਜਿੰਨਾ ਸਾਂਭਿਆ, ਕੋਈ ਆਇਆ ਆਪਣੀ ਮਦਦ ਕਰਨ? ਸਾਰੇ ਉੱਥੇ ਖੜੇ ਤਮਾਸ਼ਾ ਦੇਖਦੇ ਸੀ, ਕਿਸੇ ਨੇ ਨਹੀਂ ਚੱਕਿਆ ਤੁਹਾਨੂੰ। ਉਹ ਚੱਕਿਆ ਭਾਵੇਂ ਨਹੀਂ ਚੱਕਿਆ, ਤੂੰ ਇਹ ਦੇਖ ਜੋ ਮੈਂ ਕੀਤਾ, ਆਪਾਂ ਉਹਦੀ ਵਜ੍ਹਾ ਨਾਲ ਛਿੱਤਰਾਂ ਤੋਂ ਤਾਂ ਬਚ ਗਏ। ਛਿੱਤਰਾਂ ਤੋਂ ਬਚ ਗਏ ਕੀ ਮਤਲਬ ਮੰਮੀ? ਮਤਲਬ ਇਹ ਮੈਂ ਛਿੱਤਰਾਂ ਤੋਂ ਬਚਣ ਦੀ ਖਾਤਰ ਡਰਾਮਾ ਕੀਤਾ ਸਾਰਾ। ਹੈ, ਉਹ ਡਰਾਮਾ ਕੀਤਾ ਸੀਗਾ? ਮੰਮੀ ਕਿਆ ਐਕਟਿੰਗ ਕੀਤੀ ਤੁਸੀਂ ਯਾਰ, ਮੈਂ ਤਾਂ ਉਈ ਘਬਰਾ ਗਿਆ ਵੀ ਪਤਾ ਨਹੀਂ ਮੇਰੀ ਮਾਂ ਨੂੰ ਕੀ ਹੋ ਗਿਆ, ਮੈਂ ਉੱਥੇ ਰੌਲਾ ਪਾਈ ਜਾਵਾਂ ਮੇਰੀ ਮਾਂ ਨੂੰ ਬਚਾਓ ਬਚਾਓ, ਉਹਨੂੰ ਪਤਾ ਨਹੀਂ ਕੀ ਹੋ ਗਿਆ, ਪਾਣੀ ਲਿਆਓ। ਉਹ ਸ਼ੁਕਰ ਕਰੋ ਮੈਂ ਤਾਂ ਹਜੇ 108 'ਤੇ ਕਾਲ ਕਰਕੇ ਐਂਬੂਲੈਂਸ ਬੁਲਾਉਣ ਲੱਗਿਆ ਸੀ। ਉਹ ਤੂੰ ਹਜੇ ਆਪਣੀ ਮਾਂ ਨੂੰ ਜਾਣਦਾ ਹੀ ਨਹੀਂ ਪੁੱਤਰਾ, ਮੈਂ ਸ਼ਤਰੰਜ ਦੀ ਪੁਰਾਣੀ ਖਿਲਾੜੀ ਹਾਂ, ਮੈਨੂੰ ਸਭ ਪਤਾ ਕਦੋਂ ਕਿੱਥੇ ਕਿਵੇਂ ਕਿਹੜਾ ਮੋਹਰਾ ਚਲਾਉਣਾ ਅਤੇ ਰਾਜੇ ਨੂੰ ਮਾਰਨ ਲਈ ਕਿਹੜੀ ਚਾਲ ਚੱਲਣੀ ਪੈਣੀ ਆ, ਮੈਨੂੰ ਸਾਰਾ ਹੀ ਪਤਾ। ਉਹ ਮਾਤਾ ਤੂੰ ਆ ਫੜਾ ਜਾਂ ਨਾ ਹੀ ਮਾਰ, ਮੈਨੂੰ ਤੇਰਾ ਸਾਰਾ ਹੀ ਪਤਾ। ਮੈਂ ਨਾ ਸਿਰਫ ਤੇਰੀ ਐਕਟਿੰਗ ਦੀ ਤਾਰੀਫ ਕੀਤੀ ਆ, ਦਿਮਾਗ ਦੀ ਨਹੀਂ। ਤੇਰੇ ਆ ਡਰਾਮੇ ਕਰਕੇ ਨਾ ਆਪਾਂ ਸਿਰਫ ਅਜੇ ਛਿੱਤਰਾਂ ਤੋਂ ਬਚੇ ਹਾਂ, ਆ ਕੁੱਤ ਕਲੇਸ਼ ਤੋਂ ਨਹੀਂ। ਅਗਲੇ ਨੇ ਨਾ ਸਾਫ਼ ਕਹਿਤਾ ਕਿ ਹਜੇ ਆਰਾਮ ਕਰ ਲਓ, ਠੀਕ ਹੋ ਜਾਓ ਪਹਿਲਾਂ, ਫਿਰ ਗੱਲਬਾਤ ਕਰਦੇ ਹਾਂ। ਅਤੇ ਮੈਨੂੰ ਇਹਨਾਂ 'ਤੇ ਪੂਰਾ ਯਕੀਨ ਆ, ਇਹਨਾਂ ਨੇ ਗੱਲਬਾਤ ਨਹੀਂ ਕਰਨੀ, ਚਪੇੜਾਂ ਹੀ ਛੱਡਣੀਆਂ। ਚਪੇੜਾ ਟੁੱਟ ਪੈਣਾ ਕਿਵੇਂ ਮੈਨੂੰ ਡਰਾਈ ਜਾਂਦਾ, ਤੇਰੀਆਂ ਕੀਤੀਆਂ ਮੈਨੂੰ ਭੁਗਤਣੀਆਂ ਪੈ ਰਹੀਆਂ ਨੇ। ਭੁਗਤਣੀਆਂ ਪੈ ਰਹੀਆਂ ਨੇ ਅਤੇ ਸਲਾਹ ਵੀ ਤਾਂ ਮੈਨੂੰ ਤੁਸੀਂ ਦਿੱਤੀ ਸੀਗੀ ਇਹ, ਮੈਂ ਕਿਹੜਾ ਆਪਣੇ ਦਿਮਾਗ ਨਾਲ ਚੱਲਿਆ? ਨਾ ਤੂੰ ਚੱਜਦਾ ਨਾ ਤੇਰਾ ਪਿਓ, ਔਖੇ ਟਾਈਮ 'ਤੇ ਦੋਨੇ ਸਾਥ ਛੱਡ ਜਾਂਦੇ ਹੋ। ਮੰਮੀ ਮੈਂ ਕਦੋਂ ਸਾਥ ਛੱਡ ਕੇ ਭੱਜਿਆ? ਆ ਉਰੇ ਤਾਂ ਬੈਠਾ ਤੁਹਾਡੇ ਨਾਲ, ਐਵੇਂ ਮੈਨੂੰ ਕਹੋ ਨਾ, ਨਹੀਂ ਸੱਚੀ ਛੱਡ ਕੇ ਭੱਜੂ। ਐ ਕਿਵੇਂ ਛੱਡ ਕੇ ਭੱਜੇਗਾ? ਕੀ ਗੱਲ ਅਮਰ, ਤੁਸੀਂ ਇੱਦਾਂ ਉਦਾਸ ਕਾਹਤੋਂ ਬੈਠੇ ਹੋ? ਗਗਨ, ਭੂਆ ਦੀ ਚਿੱਠੀ ਦੀਆਂ ਗੱਲਾਂ ਮੇਰੇ ਦਿਮਾਗ 'ਚ ਘੁੰਮੀ ਜਾਂਦੀਆਂ ਨੇ। ਉਹ ਭੂਆ ਨੇ ਸਾਨੂੰ ਪਾਲਿਆ, ਵੱਡਾ ਕੀਤਾ, ਕਨੇਡਾ ਤੋਂ ਜਦੋਂ ਉਰੇ ਆਏ ਉਦੋਂ ਵੀ ਆਪਾਂ ਨੂੰ ਕਿੰਨਾ ਪਿਆਰ ਦਿੱਤਾ ਉਹਨਾਂ ਨੇ, ਅਤੇ ਮੈਂ ਉਹਨਾਂ ਨੂੰ ਗਲਤ ਸਮਝ ਲਿਆ। ਸੋਚ ਵੀ ਕਿਵੇਂ ਲਿਆ ਕਿ ਭੂਆ ਆਪਣਾ ਮਾੜਾ ਸੋਚ ਸਕਦੀ ਹੈ। ਇਕੱਲਾ ਤੁਸੀਂ ਨਹੀਂ, ਮੈਂ ਵੀ ਭੂਆ ਨੂੰ ਬਹੁਤ ਗਲਤ ਸਮਝਿਆ। ਇੰਨਾ ਭੂਆ ਨਾਲ ਆਪਾਂ ਹੱਸਦੇ ਖੇਡਦੇ ਸੀ, ਪਰ ਇੱਕਦਮ ਭੂਆ ਦਾ ਸੁਭਾਅ ਚੇਂਜ ਹੋਇਆ ਅਤੇ ਆਪਾਂ ਉਹਨੂੰ ਸਮਝ ਨਹੀਂ ਸਕੇ। ਬੱਚਿਓ, ਗਲਤੀ ਤੁਹਾਡੀ ਨਹੀਂ ਹੈਗੀ, ਗਲਤੀ ਤਾਂ ਮੇਰੀ ਸੀ। ਉਹ ਮੈਂ ਸਾਰੀ ਉਮਰ ਉਹਨੂੰ ਨਾ ਗਲਤੀ ਸਮਝਦੀ ਰਹੀ, ਜਦਕਿ ਉਹਨੇ ਤਾਂ ਸਾਡਾ ਸਾਰੀ ਉਮਰ ਭਲਾ ਹੀ ਕੀਤਾ। ਸਹੀ ਕਿਹਾ ਮੰਮੀ, ਮੈਨੂੰ ਤਾਂ ਖੋਹ ਪਈ ਜਾਂਦੀ ਆ। ਮੇਰਾ ਜੀ ਕਰਦਾ ਮੈਂ ਭੂਆ ਨਾਲ ਹੁਣੀ ਗੱਲ ਕਰਾਂ, ਪਰ ਕੀ ਕਰਾਂ, ਭੂਆ ਦਾ 4 ਵਾਰ ਫੋਨ ਮਿਲਾਇਆ, ਨੰਬਰ ਹੀ ਨਹੀਂ ਮਿਲਦਾ ਪਿਆ। ਅਮਰ, ਮੈਂ ਵੀ ਟਰਾਈ ਕੀਤਾ ਸੀ ਪਰ ਨਹੀਂ ਲੱਗਿਆ ਫੋਨ। ਹਲੇ ਭੂਆ ਸ਼ਾਇਦ ਰਸਤੇ 'ਚ ਹੋਣਗੇ, ਜਦੋਂ ਕੈਨੇਡਾ ਪਹੁੰਚ ਜਾਣਗੇ ਆਪਾਂ ਫੇਰ ਟਰਾਈ ਕਰਾਂਗੇ। ਇਹ ਨਾ ਪੁੱਤ ਉਹਨੇ ਮੈਨੂੰ ਸਬਕ ਸਿਖਾਉਣ ਦੀ ਮਾਰੀ ਨੇ ਕੀਤਾ ਸਭ ਕੁਛ, ਪਰ ਉਹਨੇ ਕਮਲੀ ਨੇ ਇਹ ਨਹੀਂ ਸੋਚਿਆ ਕਿ ਇਹ ਕੁਛ ਕਰਕੇ ਉਹ ਆਪਣੇ ਲਈ ਸਾਡੇ ਦਿਲਾਂ ਦੇ ਵਿੱਚ ਕਿੰਨੀ ਨਫ਼ਰਤ ਭਰ ਰਹੀ ਹੈ। ਉਹਨੂੰ ਤਾਂ ਪੁੱਤ ਇਸ ਘਰ ਦੀ ਹੀ ਫਿਕਰ ਸੀਗੀ ਕਿ ਆਪਾਂ ਸਾਰੇ ਰਲ ਮਿਲ ਕੇ ਰਹੀਏ। ਸਹੀ ਕਿਹਾ ਮੰਮੀ,
ਭੂਆ ਸ਼ੁਰੂ ਤੋਂ ਹੀ ਸਮਝਦਾਰ ਆ। ਸ਼ਾਇਦ ਤਾਂ ਹੀ ਕਦੇ ਭੂਆ ਦੇ ਲਈ ਫੈਸਲਿਆਂ 'ਤੇ ਡੈਡੀ ਨੇ ਕਿੰਤੂ ਪਰੰਤੂ ਨਹੀਂ ਕੀਤੀ। ਸਹੀ ਕਿਹਾ ਤੂੰ ਅਮਰ, ਮੈਂ ਐਵੇਂ ਉਹਦੇ ਨਾਲ ਆਡਾ ਲਾਈ ਰੱਖਦੀ ਸੀ ਜਦਕਿ ਮੈਨੂੰ ਪਤਾ ਸੀ ਕਿ ਉਹ ਕਿਹੋ ਜਿਹੇ ਹਾਲਾਤਾਂ ਨੂੰ ਹੰਢਾ ਕੇ ਆਈ ਆ। ਮੈਂ ਕਦੇ ਵੀ ਨਾ ਉਹਦੇ ਸਿਰ 'ਤੇ ਹੱਥ ਨਹੀਂ ਰੱਖਿਆ ਪਿਆਰ ਦਾ, ਅਤੇ ਨਾ ਹੀ ਕਦੇ ਉਹਨੂੰ ਭਾਬੀ ਦਾ ਜਾਂ ਮਾਂ ਦਾ ਪਿਆਰ ਦਿੱਤਾ। ਉਹਨੇ ਨਾ ਮੇਰੇ ਬੱਚਿਆਂ ਬਾਰੇ ਇੰਨਾ ਕੁਛ ਸੋਚਿਆ ਅਤੇ ਮੈਂ ਕਦੇ ਉਹਦੇ ਬਾਰੇ ਸੋਚਿਆ ਹੀ ਨਹੀਂ ਕੁਛ ਵੀ। ਅਮਰ, ਮੈਨੂੰ ਨਾ ਆਪਣੇ ਆਪ 'ਤੇ ਗੁੱਸਾ ਬਹੁਤ ਆਉਂਦਾ। ਲਾਹਨਤ ਆ ਮੇਰੇ 'ਤੇ, ਉਹ ਮੈਨੂੰ ਆਪਣੀ ਮਾਂ ਦੀ ਥਾਂ ਸਮਝਦੀ ਸੀ ਅਤੇ ਮੈਂ ਉਹਨੂੰ ਆਪਣੀ ਧੀ ਤਾਂ ਕੀ ਸਮਝਣਾ ਸੀ, ਉਹ ਮੈਂ ਤਾਂ ਉਹਨੂੰ ਕਦੇ ਆਪਣੀ ਨਣਦ ਵੀ ਨਹੀਂ ਸਮਝਿਆ। ਮੰਮੀ, ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਆ, ਇਹੀ ਬਹੁਤ ਵੱਡੀ ਗੱਲ ਆ। ਉਹ ਕਹਿੰਦੇ ਹੁੰਦੇ ਆ ਨਾ, ਦੇਰ ਆਏ ਦਰੁਸਤ ਆਏ। ਜੇ ਤੁਹਾਨੂੰ ਆਪਣੀਆਂ ਗਲਤੀਆਂ ਦਾ ਪਛਤਾਵਾ ਤਾਂ ਬਸ ਭੂਆ ਦੀਆਂ ਕਈਆਂ ਗੱਲਾਂ ਨੂੰ ਆਪਣੇ ਲੜ ਬੰਨ ਲਓ। ਕਿਹੜੀਆਂ ਗੱਲਾਂ? ਉਹੀ ਗੱਲਾਂ ਜੋ ਭੂਆ ਚਿੱਠੀ 'ਚ ਲਿਖ ਕੇ ਗਈ ਆ ਕਿ ਗਗਨ ਨੂੰ ਆਪਣੀ ਨੂੰਹ ਨਹੀਂ ਧੀ ਸਮਝਿਓ, ਘਰ ਨੂੰ ਪਰਿਵਾਰ ਨੂੰ ਜੋੜ ਕੇ ਰੱਖਣਾ, ਸਾਰਿਆਂ ਨਾਲ ਪਿਆਰ ਨਾਲ ਰਹਿਣਾ, ਕਦੇ ਕਿਸੇ ਨਾਲ ਲੜਨਾ ਨਹੀਂ, ਧੀਆਂ ਨੂੰ ਕਦੇ ਚੱਕਣਾ ਨਹੀਂ, ਉਹਨਾਂ ਨੂੰ ਉਹਨਾਂ ਦੇ ਘਰ 'ਚ ਸੁਖੀ ਰਹਿਣ ਦਿਓ ਅਤੇ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਸੁਖੀ ਰੱਖੋ। ਹਾਂ ਪੁੱਤ ਗਗਨ, ਅੱਜ ਤੋਂ ਬਾਅਦ ਨਾ ਤੈਨੂੰ ਮੈਂ ਆਪਣੀ ਨੂੰਹ ਨਹੀਂ ਧੀ ਸਮਝੂੰਗੀ। ਮੰਮੀ, ਹਲੇ ਵੀ ਤੁਸੀਂ ਮੈਨੂੰ ਧੀ ਸਮਝੋਗੇ, ਮੰਨੋਗੇ ਨਹੀਂ? ਨਹੀਂ ਨਹੀਂ ਪੁੱਤ, ਸਮਝੂੰਗੀ ਨਹੀਂ, ਉਹ ਤੂੰ ਤਾਂ ਮੇਰੀ ਧੀਆਂ ਵਰਗੀ ਆ। ਮੰਮੀ, ਜਿੱਦਣ ਆ ਧੀਆਂ ਪਿੱਛੋਂ ਵਰਗੀ ਸ਼ਬਦ ਹਟ ਗਿਆ ਨਾ, ਉਸ ਦਿਨ ਸਾਰੀਆਂ ਨੂੰਹਾਂ ਧੀਆਂ ਬਣ ਜਾਣਗੀਆਂ ਅਤੇ ਸਾਰੀਆਂ ਸੱਸਾਂ ਮਾਵਾਂ। ਆ ਜਾ, ਅੱਜ ਮੈਂ ਆਪਣੀ ਧੀ ਨੂੰ ਜੱਫੀ ਪਾ ਲਾਂ। ਵੀਰੇ, ਮੈਨੂੰ ਮੰਮੀ ਨੂੰ ਡਿੱਗਦਾ ਦੇਖ ਕੇ ਟੈਨਸ਼ਨ ਪੈ ਗਈ, ਕਿਤੇ ਜੋ ਕੁਛ ਮੈਂ ਕਰ ਰਹੀ ਹਾਂ ਕੁਛ ਗਲਤ ਹੀ ਨਾ ਹੋ ਜਾਵੇ। ਮਨਪ੍ਰੀਤ, ਤੂੰ ਕਿਉਂ ਘਬਰਾਈ ਜਾਂਦੀ ਆ? ਬੇਫਿਕਰ ਹੈ, ਕੁਛ ਨਹੀਂ ਹੁੰਦਾ ਗਲਤ। ਭਾਬੀ ਜਿੰਨੀ ਜ਼ੋਰ ਦੀ ਉਹ ਗਿਰੀ ਆ ਨਾ, ਜੇ ਕਿਤੇ ਉਹਨੂੰ ਕੁਛ ਹੋ ਗਿਆ ਨਾ, ਸਾਰੀ ਗੱਲ ਆਪਣੇ 'ਤੇ ਆ ਜਾਣੀ ਆ। ਮਾਪੀ ਤਾਂ ਖੜਕਾ ਹੀ ਹੋਇਆ, ਸੱਟ ਸੁੱਟ ਉਹਦੇ ਕੋਈ ਨਹੀਂ ਲੱਗੀ। ਜਿਹੜਾ ਬੰਦਾ ਡਿੱਗਦਾ ਹੁੰਦਾ ਨਾ, ਦੇਖ ਕੇ ਨਹੀਂ ਡਿੱਗਦਾ ਹੁੰਦਾ ਵੀ ਪਿੱਛੇ ਕੁਛ ਹੈਗਾ ਕਿ ਨਹੀਂ ਹੈਗਾ। ਸਾਰਾ ਕੁਛ ਭੁੱਲ ਗਈ ਉਹਨੇ ਤੇਰੇ ਨਾਲ ਕੀ ਕੁਛ ਕੀਤਾ? ਕੁਛ ਨਹੀਂ ਹੁੰਦਾ, ਤੇਰੀ ਸੱਸ ਨੂੰ ਡਰਾਮੇ ਕਰਦੀ ਪਈ ਆ। ਦੇਵ ਸਹੀ ਕਹਿੰਦਾ ਮਨਪ੍ਰੀਤ, ਉਹਨਾਂ ਨੇ ਕੋਈ ਕਸਰ ਨਹੀਂ ਸੀ ਛੱਡੀ ਤੈਨੂੰ ਤੰਗ ਕਰਨ ਲਈ। ਜੇ ਉਹ ਡਿੱਗੀ ਵੀ ਆ ਨਾ, ਤਾਂ ਉਹਨਾਂ ਦੇ ਮਾੜੇ ਕਰਮਾਂ ਨੇ ਉਹਨਾਂ ਨੂੰ ਧੱਕਾ ਦਿੱਤਾ। ਨਾਲੇ ਤੈਨੂੰ ਮੈਂ ਇੱਕ ਗੱਲ ਸਮਝਾਉਣਾ, ਥੋੜ੍ਹੀ ਜਿਹੀ ਨਾ ਮਜ਼ਬੂਤ ਰਹੀ, ਦਿਲੋਂ ਵੀ ਅਤੇ ਦਿਮਾਗ ਤੋਂ ਵੀ, ਕਿਉਂਕਿ ਜਿੰਨੀ ਦੇਰ ਉਹ ਹੁਣ ਆਪਣੇ ਘਰ 'ਚ ਨੇ ਨਾ, ਉਨੀ ਦੇਰ ਆਪਾਂ ਡਰਾਮੇ ਹੀ ਦੇਖਣੇ ਆ। ਦੇਵ, ਉਹ ਤੁਸੀਂ ਸਾਰੇ ਜਾਣੇ ਤਾਂ ਅੱਧਾ ਡਰਾਮਾ ਦੇਖ ਕੇ ਅੰਦਰ ਆਏ ਹੋ, ਪੂਰਾ ਡਰਾਮਾ ਤਾਂ ਮੈਂ ਦੇਖ ਕੇ ਆਈ ਹਾਂ ਅਤੇ ਕੰਨੀ ਸੁਣ ਕੇ ਆਈ ਹਾਂ। ਕੰਨੀ ਸੁਣ ਕੇ ਆਈ ਹਾਂ? ਕੀ ਮਤਲਬ ਆ ਤੇਰਾ, ਕੀ ਸੁਣਿਆ ਤੂੰ? ਮੈਂ ਮਨਪ੍ਰੀਤ ਦੀ ਸੱਸ ਅਤੇ ਗੁਰਚਰਨ ਦੀਆਂ ਗੱਲਾਂ ਸੁਣ ਕੇ ਆਈ ਹਾਂ। ਪਤਾ ਕੀ ਕਹਿੰਦੀ ਪਈ ਆ? ਉਹ ਕਹਿੰਦੀ ਜੇ ਮੈਂ ਜਾਣ ਬੁੱਝ ਕੇ ਨਾ ਡਿੱਗਦੀ ਨਾ, ਤਾਂ ਹੁਣ ਤੱਕ ਮੇਰੀ ਛਿੱਤਰ ਪਰੇਡ ਹੋ ਜਾਣੀ ਸੀ। ਇਹ ਗੱਲ ਆ, ਸਕੀਮਾਂ ਬਣਾਉਂਦੇ ਆ। ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਜਦੋਂ ਉਹਦੀ ਮਾਂ ਚੱਕਰ ਖਾ ਕੇ ਡਿੱਗੀ ਸੀ, ਵੀ ਇਹ ਡਰਾਮੇ ਕਰਦੀ ਪਈ ਆ। ਇਸੇ ਕਰਕੇ ਮੈਂ ਅਤੇ ਗਗਨ ਹੁਣ ਚੱਕਣ ਨਹੀਂ ਗਏ। ਰਹੀ ਗੱਲ ਛਿੱਤਰ ਪਰੇਡ ਦੀ, ਉਹ ਤਾਂ ਹੁਣ ਵੀ ਹੋਊਗੀ। ਦੇਖਿਆ ਵੀਰੇ, ਇਹ ਲੋਕ ਬਿਲਕੁਲ ਵੀ ਨਹੀਂ ਸੋਚਦੇ ਵੀ ਕਿਸੇ ਦੇ ਦਿਲ 'ਤੇ ਕੀ ਬੀਤੂਗੀ ਕੀ ਨਹੀਂ। ਮੈਨੂੰ ਤਾਂ ਇਹਨਾਂ ਦੀ ਫਿਕਰ ਹੋ ਰਹੀ ਸੀ, ਪਰ ਇਹ ਤਾਂ ਫਿਕਰ ਦੇ ਲਾਇਕ ਵੀ ਨਹੀਂ ਹੈਗੇ। ਉਹ ਤਾਂ ਸਾਰਾ ਕੁਛ ਠੀਕ ਆ, ਪਰ ਆਪਾਂ ਨੂੰ ਹੁਣ ਇਹ ਸੋਚਣਾ ਪੈਣਾ ਵੀ ਆਪਾਂ ਅੱਗੇ ਕਰਨਾ ਕੀ ਆ, ਕਿਉਂਕਿ ਆਪਾਂ ਸਾਰਾ ਦਿਨ ਇਹਨਾਂ ਨੂੰ ਘਰੇ ਬਿਠਾ ਕੇ ਤਾਂ ਰੱਖ ਨਹੀਂ ਸਕਦੇ, ਕੁਛ ਨਾ ਕੁਛ ਤਾਂ ਸੋਚਣਾ ਹੀ ਪੈਣਾ। ਦੱਸ ਮਨਪ੍ਰੀਤ, ਕੀ ਕਰਨਾ ਇਹਨਾਂ ਦਾ? ਬਸ ਵੀਰੇ, ਹੁਣ ਇੱਕ ਆਖਰੀ ਕੰਮ ਰਹਿ ਗਿਆ। ਮੈਂ ਉਹ ਕੰਮ ਕਰਨਾ ਨਹੀਂ ਸੀ ਚਾਹੁੰਦੀ, ਪਰ ਹੁਣ ਕਰਨਾ ਹੀ ਪੈਣਾ। ਆਖਰੀ ਕੰਮ ਉਹ ਕਿਹੜਾ ਮਨਪ੍ਰੀਤ? ਵੀਰੇ, ਆਪਣਾ ਫੋਨ ਦਿਓ।
हुण मैं जाना ते मेरा काम जाने। ओ मम्मी मैनू क्यों रोकी जाने हो, हुण ओ बैठा मैनू फड़ लैण दो उहनू। गगन तत्ते का नहीं चली रहा हुंदा, कई बार बनया बनाया काम बिगड़ जांदा। ऐदू वध होर की काम बिगड़ूगा, साडी भैण दी उहने जिंदगी खराब करके रखती। ओ जे तेरी भैण लगदी है मेरी भी तां धी लगदी है, तू शांत रह, क्यों गुस्सा करी जांदा। मम्मी मैं तो नहीं शांत रह हुंदा, मेरे तो एक थप्पड़ दी मारनी हैगा ते नाल जड़ी उदी बुढ़ी आई आ ड्रामे कर दिया। हो ओ चाहे हो सच्ची डिगी है चाहे हो ड्रामे कर दिया, पर जिन्नी तक वो लोट नहीं ना आउंदी आपा कुछ नहीं कर सकते। लोट नू माता उनू कुछ नहीं होया, तुसी तां मैनू बन के रख्या होया, एक बार छड के तां देखो किवें घड़ीसदा इन्हां नू, अपने आप सच निकलू इन्हां दा मूंह चो। गुस्सा तां मैनू उहदे ते घट थोड़े ते वध आ रहा, माड़ा जिहा गिरी नहीं खेकण कीते नहीं भज के पानी लैण चले गए। ਉਹ ਪਾਣੀ ਲੈ ਕੇ ਆਉਣਾ ਪੈਣਾ ਸੀ, ਜੇ ਨਾ ਲੈ ਕੇ ਆਉਂਦੀ ਨਾ ਉਹਨੂੰ ਕੁਛ ਹੋ ਜਾਂਦਾ, ਸਾਰੀ ਗੱਲ ਆਪਣੇ ਤੇ ਆ ਜਾਣੀ ਸੀ। ਦੇਖ ਪੁੱਤ ਤੂੰ ਮੇਰੀ ਥਾਂ ਤੇ ਇੱਕ ਵਾਰੀ ਆ ਕੇ ਦੇਖ, ਮੈਂ ਇੱਕ ਮਾਂ ਉਹਦੀ, ਮੇਰੇ ਤੋਂ ਆਪਣੀ ਧੀ ਦਾ ਦੁੱਖ ਜਰਿਆ ਨਹੀਂ ਜਾਂਦਾ। ਉਹ ਕਿੱਥੇ ਤਾਂ ਮੈਂ ਉਹਨੂੰ ਚਾਵਾਂ ਨਾਲ ਵਿਆਹ ਕੇ ਤੋਰਿਆ ਸੀ, ਉਹਦੇ ਚਾ ਲਾਡ ਕਰਨੇ ਸੀ, ਅਤੇ ਕਿੱਥੇ ਉਹ ਵਿਆਹ ਨੂੰ ਹਜੇ ਇੱਕ ਮਹੀਨਾ ਨਹੀਂ ਹੋਇਆ, ਕੁੜੀ ਮੇਰੀ ਘਰ ਆ ਕੇ ਬਹਿ ਗਈ, ਸਾਰੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਉਹਦੇ ਨੂੰ, ਮੈਂ ਦੱਸ ਕੀ ਕਰਾਂ। ਉਹ ਜੇ ਤੈਨੂੰ ਗੁੱਸਾ ਚੜ੍ਹਦਾ ਮੈਨੂੰ ਕਿਹੜਾ ਨਹੀਂ ਚੜ੍ਹਦਾ, ਉਹ ਅੱਤ ਦੀ ਦੁਖੀ ਹੋ ਕੇ ਉਹਨੇ ਇਹ ਕਦਮ ਚੱਕਿਆ। ਸਾਲਿਆਂ ਨੇ ਕਿਵੇਂ ਮੰਗ ਮੰਗ ਕੇ ਰਿਸ਼ਤਾ ਲਿਆ ਸੀ, ਮੈਨੂੰ ਤਾਂ ਐਂ ਲੱਗਦਾ ਸੀ ਭੈਣ ਨੂੰ ਬਹੁਤ ਖੁਸ਼ ਰੱਖਣਗੇ, ਕਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਸੀ। ਗਲਤੀ ਤਾਂ ਆਪਣੀ ਆ ਮਾਤਾ, ਆਪਾਂ ਤਸੱਲੀ ਨਹੀਂ ਕੀਤੀ ਅਤੇ ਭੈਣ ਨੂੰ ਐਵੇਂ ਹੀ ਤੋਰਤਾ। ਮੰਨਦੇ ਹਾਂ ਆਪਾਂ ਨੇ ਤਸੱਲੀ ਨਹੀਂ ਕੀਤੀ, ਐਵੇਂ ਤੋਰਤਾ। ਕਈ ਵਾਰ ਪੁੱਤ ਸੰਜੋਗ ਜ਼ੋਰਾਵਰ ਹੁੰਦੇ ਨੇ, ਜਿੱਥੇ ਲਿਖਿਆ ਹੋਇਆ ਉੱਥੇ ਹੋ ਜਾਂਦਾ, ਕਈ ਵਾਰ ਲਿਖਿਆ ਅੱਗੇ ਜ਼ੋਰ ਨਹੀਂ ਚੱਲਦਾ, ਕਈ ਵਾਰ ਆਪਾਂ ਦੇਖ ਪਰਖ ਕੇ ਵੀ ਕਰ ਲੈਂਦੇ ਹਾਂ ਉਹ ਵੀ ਰਿਸ਼ਤੇ ਟੁੱਟ ਜਾਂਦੇ ਨੇ। ਇਹ ਤਾਂ ਮੰਮੀ ਆਪਣੀ ਭੈਣ ਹੀ ਹਿੰਮਤੀ ਨਿਕਲੀ ਜਿਹੜਾ ਸਾਰਾ ਕੁਛ ਸਹਿਣ ਕਰੀ ਗਈ। ਆਹ ਦੇਖ ਲਓ ਆਪਾਂ ਅਖਬਾਰਾਂ 'ਚ ਪੜ੍ਹਦੇ ਨਹੀਂ ਕਿ ਸਹੁਰਿਆਂ ਤੋਂ ਤੰਗ ਆ ਕੇ ਕੁੜੀ ਨੇ ਗਲਤ ਕਦਮ ਚੱਕ ਲਿਆ। ਪੁੱਤ ਇਸ ਗੱਲੋਂ ਆਪਾਂ ਬੇਫਿਕਰ ਹਾਂ, ਆਪਣੀ ਕੁੜੀ ਸਹੀ ਸਲਾਮਤ ਆਪਣੇ ਘਰੇ ਤਾਂ ਬੈਠੀ ਆ। ਇਹ ਤਾਂ ਹੈ ਮੰਮੀ, ਕੁੜੀਆਂ ਨੂੰ ਨਾ ਗਲਤ ਦੇ ਖਿਲਾਫ ਬੋਲਣਾ ਜ਼ਰੂਰ ਸਿਖਾਉਣਾ ਚਾਹੀਦਾ। ਬਾਕੀ ਗੱਲਾਂ ਛੱਡੋ, ਮੈਨੂੰ ਇਹ ਦੱਸੋ ਕਿ ਬੁੜੀ ਕਦੋਂ ਤੱਕ ਠੀਕ ਹੁੰਦੀ ਆ, ਇਹਦੇ ਨਾਲ ਨਿਬੇੜਾ ਕਰੀਏ, ਮੈਨੂੰ ਇਹ ਆਪਣੇ ਘਰ 'ਚ ਹੋਰ ਬਰਦਾਸ਼ਤ ਨਹੀਂ। ਬਰਦਾਸ਼ਤ ਮੇਰੇ ਤੋਂ ਕਿਹੜਾ ਹੁੰਦੀ ਹੈ, ਜੇ ਆਪਾਂ ਦੁਬਾਰਾ ਗੱਲ ਛੇੜੀ ਫਿਰ ਉਹ ਡਿੱਗ ਪਈ, ਸਾਰੀ ਗੱਲ ਆਪਣੇ 'ਤੇ ਆ ਜਾਣੀ ਆ, ਉਹਨੂੰ ਥੋੜ੍ਹੀ ਜਿਹੀ ਠੀਕ ਤਾਂ ਹੋ ਲੈਣ ਦੇ। ਉਹ ਮੰਮੀ ਕੋਈ ਨਹੀਂ ਡਿੱਗਦੀ, ਉਹ ਸਾਰੇ ਡਰਾਮੇ ਕਰਦੀ ਸੀਗੀ ਬੁੜੀ, ਤੁਹਾਡੇ ਗੁੱਸੇ ਤੋਂ ਬਚਣ ਦੀ ਮਾਰੀ ਨਾ ਐਡਾ ਡਰਾਮਾ ਕਰੀ ਬੈਠੀ ਆ। ਮੰਮੀ ਤੁਸੀਂ ਮੈਨੂੰ ਬੋਲੀ ਜਾਂਦੇ ਹੋ ਕਿ ਸ਼ਾਂਤ ਰਹੋ, ਉਹ ਆਪਣੇ ਘਰੇ ਮਾਫ਼ੀ ਨਹੀਂ ਮੰਗਣ ਆਏ, ਡਰਾਮੇ ਕਰਨ ਆਏ ਨੇ। ਡਰਾਮੇ ਤਾਂ ਨਾ ਆਪਾਂ ਨੂੰ ਹੁਣ ਉਹਨਾਂ ਦੇ ਲੋਟ ਕਰਨੇ ਪੈਣੇ ਆ, ਮਸਾਂ ਤਾਂ ਆਪਣੇ ਅੜਿੱਕੇ ਆਏ ਨੇ, ਹੁਣ ਨਹੀਂ ਉਹਨਾਂ ਨੂੰ ਸੁੱਕੇ ਜਾਣ ਦਿੰਦੇ, ਸੁੱਟ ਤਾਂ ਉਹਨਾਂ ਦੀ ਟਿਕਾਣੇ ਲਿਆਉਣੀ ਪੈਣੀ ਆ। ਗੁਰੂ ਇੰਨਾ ਨੂੰ ਨਹੀਂ ਫਿਕਰ ਹੈਗਾ ਕਿ ਮੈਂ ਗਿਰੀ ਹਾਂ, ਕੋਈ ਨਹੀਂ ਦੇਖਦਾ ਇੱਥੇ, ਮੈਂ ਤਾਂ ਕਿੰਨੀ ਦਫਾ ਕਰ ਇਹਨਾਂ ਨੂੰ, ਚੱਲਦੇ ਹਾਂ ਆਪਾਂ। ਉਹ ਮਾਤਾ ਹੌਲੀ ਬੋਲਣਾ, ਆ ਕਿੱਡਾ ਸਪੀਕਰ ਪਾੜਿਆ, ਨਾਲੇ ਗੇਟ ਬੰਦ ਕਰ ਪਹਿਲਾਂ, ਜੇ ਉਹਨਾਂ ਨੂੰ ਪਤਾ ਲੱਗ ਗਿਆ ਤੂੰ ਹੋਸ਼ 'ਚ ਆ ਗਈ ਫਿਰ ਬਿਠਾ ਲੈਣਾ ਉਹਨਾਂ ਨੇ। ਉਹ ਹੌਲੀ ਤਾਂ ਬੋਲੀ ਜਾਂਦੀ ਹਾਂ, ਕਿੰਨਾ ਕੁੱਚੀ ਬੋਲਿਆ ਮੈਂ, ਮਸਾਂ ਤੇਰੇ ਤੱਕ ਆਵਾਜ਼ ਜਾਂਦੀ ਹੋਣੀ ਆ। ਉਹ ਮਾਤਾ ਆ ਜਿਵੇਂ ਛੱਤਾਂ ਦੇ ਕੈਮਰੇ ਲੱਭਦੀ ਫਿਰਦੀ ਸੀ ਨਾ, ਆ ਕੰਧਾਂ ਦੇ ਵੀ ਕੰਨ ਹੁੰਦੇ ਆ, ਇਹ ਵੀ ਸੋਚ ਲਾ ਮਾੜਾ ਜਿਹਾ। ਤੂੰ ਵੀ ਸੋਚ ਲਾ ਮਾੜਾ ਜਿਹਾ, ਜੇ ਕੰਧਾਂ ਦੇ ਕੰਨ ਹੁੰਦੇ ਆ ਪਰ ਮੂੰਹ ਨਹੀਂ ਹੁੰਦਾ ਜਿਹੜੀਆਂ ਅੱਗੇ ਗੱਲਾਂ ਦੱਸਣਗੀਆਂ। ਉਹ ਮਾਤਾ ਉਹ ਆਹ ਟਾਈਮ ਵੀ ਤੈਨੂੰ ਕਮੇਡੀ ਸੁੱਝਦੀ ਪਈ ਆ, ਉਹ ਅੱਗੇ ਸੋਚ ਲਾ ਕੁਛ ਕਿ ਹੁਣ ਕਰਨਾ ਕੀ ਆ। ਉਹ ਕਰਨਾ ਕੀ ਆ ਉਹੀ ਸੋਚਦੀ ਪਈ ਆ, ਹਮੇਸ਼ਾ ਹਰ ਵਾਰ ਤੂੰ ਇੱਦਾਂ ਹੀ ਬੁਰੀ ਤਰ੍ਹਾਂ ਫਸਦਾ ਜਦੋਂ ਮੇਰੀ ਗੱਲ ਨਹੀਂ ਸੁਣਦਾ। ਏਦਾਂ ਨਾ ਦੇਖ, ਹੁਣ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਵੀ ਸੋਨੀਆ ਨੂੰ ਘਰ 'ਚ ਲਿਆ ਕੇ ਨਾ ਬਿਠਾ ਨਾ ਬਿਠਾ ਨਾ ਬਿਠਾ, ਪਰ ਤੂੰ ਤੂੰ ਮੇਰੀ ਇੱਕ ਨਹੀਂ ਮੰਨੀ, ਤੇ ਫਿਰ ਮੈਂ ਤੈਨੂੰ ਕਿਹਾ ਸੀ ਮਨਪ੍ਰੀਤ ਦੇ ਨਾਲ ਇੰਨੀ ਛੇਤੀ ਨਾ ਵਿਗਾੜ ਨਾ ਵਿਗਾੜ ਨਾ ਵਿਗਾੜ, ਤੇ ਫਿਰ ਵੀ ਤੂੰ ਮੇਰੀ ਇੱਕ ਨਹੀਂ ਮੰਨੀ, ਤੇ ਜਦੋਂ ਗੱਲ ਵਿਗੜ ਗਈ ਮੈਂ ਤੈਨੂੰ ਕਿਹਾ ਸੀ ਨਾ ਮਨਪ੍ਰੀਤ ਨੂੰ ਲੱਭ ਲਾ, ਉਦੋਂ ਵੀ ਤੂੰ ਮੇਰੀ ਇੱਕ ਗੱਲ ਨਹੀਂ ਮੰਨੀ, ਤੇ ਉੱਤੋਂ ਦੀ ਤੇਰੇ ਪਿਓ ਨੇ ਕਾਂਡ ਕਰਤਾ, ਫਿਰ ਵੀ ਮੈਂ ਤੈਨੂੰ ਕਿਹਾ ਵੀ ਉਹਦੀਆਂ ਮਿੰਨਤਾਂ ਕਰ ਲਾ ਮਿੰਨਤਾਂ ਕਰ ਲਾ, ਤਾਂ ਵੀ ਤੂੰ ਮੇਰੀ ਗੱਲ ਨਹੀਂ ਮੰਨੀ।
मम्मी ओ तो मैं चुप कर जा उपरों दी मैनू कहदा प्यो दे पैर फण ला लूं मैं उन्हां दी मिंता कर लूं आ कर ला मिंता अगले कोटक टापे लई तैयार बैठे आ लै ला बड़े में हुण ओ मम्मी एवें क्यों डराई जांदे हो मैनू कि कुट देणगे मार देणगे मेरे हाथ नहीं हैगे माड़ा हाथ तां ला के देखण बराबर नाल वड्डू इन्हां नूं चंगा बड़ांगा लाऊंगा ओ बह जा टेके आया बड़ा WWE दा अंडरटेकर खली बनिया फिरदा ओ कित्थों कित्थों उन्होंने चपेड़ा छड़नियां ना आपां नूं पता नहीं लगना आपां दो जाने ओ पांच जाने ने ओ फिर माता हुण की करिए आपां मैनूं तां ऐं लगदा कि आपां ना उरे आके अपने पैर ते आप कलाड़ी मार ली आ चंगा भला मधुमक्खियां दा छत्ता टिकिया बैठा ही उई छेड़ लिया मैनूं तां हुण बिल्कुल नहीं समझ लगदी कि करिए की माता तू ही सोच कुछ कि किद्दां बचिए इत्थों की करिए की गल चीचा जी सेवा पानी कराए बगैर ही चले हो सेवा पानी तक करा लो